ਆਗੀ ਦੀ ਆਗੀ ਭਾਬੀ ਰਣਜੀਤ ਕੌਰ ਜੰਮਿਆ ਵਾਲੀ ਨਵੀਂ ਰੈਸਪੀ ਲੈ ਕੇ ਰਸੋਈ ਘਰ ਦੇ ਵਿੱਚ ਤਰੀ ਵਾਲੀ ਭਿੰਡੀ, ਠੀਕ ਹੈ ਨਾ, ਭਿੰਡੀਆਂ ਲੈ ਕੇ ਆਉਣਗੀਆਂ ਖੇਤਾਂ 'ਚ ਤੋੜ ਕੇ ਤਾਜ਼ੀਆਂ ਚੰਗੀ ਤਰ੍ਹਾਂ ਉਹਨਾਂ ਨੂੰ ਧੋ ਕੇ ਅਤੇ ਲੰਬੀਆਂ ਲੰਬੀਆਂ ਕੱਟਣੀਆਂ ਵਾ ਇੱਦਾਂ ਜਿੱਦਾਂ ਭਾਬੀ ਨੇ ਕੱਟੀਆਂ, ਠੀਕ ਹੈ ਨਾ, ਅਤੇ ਦੇਖੋ ਟਮਾਟਰ ਗੋਲ ਗੋਲ ਅਤੇ ਹਰੀਆਂ ਮਿਰਚਾਂ, ਅਤੇ ਆਪਾਂ ਨਾ ਅਦਰਕ ਪਾਇਆ ਨਾ ਪਾਇਆ ਵਾ ਲਸਣ, ਠੀਕ ਹੈ ਨਾ, ਤੁਸੀਂ ਪਾਉਣਾ ਵਾ ਤਾਂ ਪਾ ਲਿਓ, ਦੋ ਪਰਚੀਆਂ ਪਾਈਆਂ ਆਪਾਂ ਤੇਲ ਦੀਆਂ, ਅਤੇ ਆਹ ਪਾਤਾ ਆਪਾਂ ਜੀਰਾ, ਠੀਕ ਹੈ ਨਾ, ਅਤੇ ਆਹ ਪਾ ਦੀਆਂ ਆਪਾਂ ਭਿੰਡੀਆਂ, ਨਾਲ ਬਣਾਵਾਂਗੇ ਚੌਲ, ਫਿਰ ਖਾਵਾਂਗੇ ਤਰੀ ਵਾਲੀ ਭਿੰਡੀ, ਕਦੇ ਸਾਡੇ ਵੀ ਬਨੇਰੇ ਉੱਤੇ ਬੋਲਵੇ, ਕਦੋਂ ਬੋਲਦਾ ਗਵਾਂਢੀਆਂ ਦੇ ਕਾਵਾਂ, ਬੋਲਦਾ ਗਵਾਂਢੀਆਂ ਦੇ ਕਾਵਾਂ, ਗਵਾਂਢੀਆਂ ਦੀ ਬਨੇਰੇ 'ਤੇ ਬੋਲੀ ਕੰਮ ਆ, ਸਾਡੇ ਘਰ ਤਾਂ ਪੈਸੇ ਵੀ ਨਹੀਂ ਹੈਗੇ ਵੀ ਜਿਹੜੇ ਅਸੀਂ ਉਹਨੂੰ ਮੀਟ ਆਂਡਾ ਬਣਾ ਕੇ ਖਵਾ ਲਾਂਗੇ, ਮੇਰੇ ਤਾਂ ਰਿਸ਼ਤੇਦਾਰ ਵੀ ਇਹੋ ਜਿਹੇ ਨੇ, ਉਹ ਤਾਂ ਪਹਿਲਾਂ ਹੀ ਆਉਂਦੇ ਕਹਿ ਦਿੰਦੇ ਨੇ ਮੁਰਗਾ ਬਣਾ ਲਾ, ਬੱਕਰਾ ਬਣਾ ਲਾ, ਨਾਲ ਪੈਗ ਲਵਾ ਦੇ ਭਰਾਵੋ, ਨਾ ਮੈਂ ਪੈਗ ਲਾਉਣਾ ਵਾ ਨਾ ਕਿਸੇ ਨੂੰ ਲਵਾਉਣਾ ਵਾ, ਠੀਕ ਆ ਨਾ ਜੀ, ਮੇਰੀ ਗੱਲ ਸੁਣ ਲਓ, ਪ੍ਰਾਹੁਣੇ ਆ ਜਾਣਗੇ ਘਰੇ, ਠੀਕ ਆ ਨਾ, ਕੋਈ ਨਹੀਂ ਆ ਜਾਣ ਦੇ, ਤਰੀ ਵਾਲੀ ਭਿੰਡੀ ਉਹ ਖਾ ਲੈਣਗੇ, ਅਸਾਂ ਨਾਲ ਬਣਾ ਲਾਂਗੇ ਚੌਲ ਆਪਾਂ, ਹਨਾ ਹਾਂਜੀ, ਹਾਂ ਤਰੀ ਵਾਲੀ ਭਿੰਡੀ ਦੇ ਨਾਲ ਖਵਾਵਾਂਗੇ ਚੌਲ, ਲੈ ਵੀ ਅੱਜ ਭਾਬੀ ਤੁਹਾਡੀ ਬਣਾਉਣ ਲੱਗੀ ਹੋਈ ਆ ਤਰੀ ਵਾਲੀ ਭਿੰਡੀ ਉਹ ਵੀ ਸਪੈਸ਼ਲ, ਔਰ ਮੈਂ ਕਹਿੰਦਾ ਜਿੱਦਾਂ ਭਾਬੀ ਨੇ ਤਰੀ ਵਾਲੀ ਭਿੰਡੀ ਬਣਾਉਣੀ ਆ, ਇੱਦਾਂ ਤੁਸੀਂ ਘਰ ਦੇ ਵਿੱਚ ਤਰੀ ਵਾਲੀ ਭਿੰਡੀ ਬਣਾਉਣੀ ਆ, ਅਤੇ ਚੌਲਾਂ ਨਾਲ ਖਾਣੀ ਆ ਚਾਹੇ ਤੁਸੀਂ ਰੋਟੀ ਨਾਲ ਖਾਣੀ ਆ, ਔਰ ਬਿਲਕੁਲ ਸਵਾਦ ਲੱਗਣੀ ਆ, ਹੈ ਨਾ ਜੀ, ਹਾਂਜੀ, ਦੇਖੋ ਜੀ ਭਾਬੀ ਜਦੋਂ ਹੱਸਦੀ ਹੈ ਨਾ ਕਿੰਨੀ ਸੋਹਣੀ ਲੱਗਦੀ ਹੈ, ਇੰਨਾ ਸੋਹਣਾ ਲੱਗਦੀ ਹੈ ਜਦੋਂ ਭਾਬੀ ਹੱਸਦੀ ਹੈ, ਕਿ ਨਹੀਂ ਲੁਧਿਆਣੇ ਜੱਟੀ ਨੱਚੀ ਪਟਿਆਲਾ ਖੜਖੜ ਵੇਖਦਾ, ਜਦੋਂ ਇਹ ਲੁਧਿਆਣੇ ਨੱਚਦੀ ਹੈ ਫਿਰ ਇਹਨੂੰ ਪਟਿਆਲਾ ਖੜਖੜ ਦੇਖਦਾ ਵਾ, ਲਓ ਜੀ ਅੱਧਾ ਕਿਲੋ ਭਿੰਡੀਆਂ ਵਾ, ਠੀਕ ਹੈ ਨਾ, ਚੰਗੀ ਤਰ੍ਹਾਂ ਹਿਲਾਈ ਜਾਣਾ ਵਾ ਥੱਲੇ ਨਾਲ ਲੱਗ ਜਾਣ, ਠੀਕ ਹੈ ਨਾ, ਫੇਰ ਕਹੂੰਗਾ ਭਾਬੀ ਨੇ ਥੱਲੇ ਸਬਜ਼ੀ ਲਾ ਦਿੱਤੀ ਆ, ਦੇਖੋ ਭਿੰਡੀਆਂ ਤੁਸੀਂ ਬਹੁਤ ਬਣਾਈਆਂ ਵਾ ਪਰ ਭਾਬੀ ਵਰਗੀਆਂ ਭਿੰਡੀਆਂ ਨਹੀਂ ਬਣਾਈਆਂ ਗਈਆਂ, ਠੀਕ ਹੈ ਨਾ, ਗੋਲ ਕੱਟੀਆਂ ਤੁਸੀਂ ਉਹ ਵੀ ਬਣਾਈਆਂ ਭਿੰਡੀਆਂ ਪਰ ਲੰਬੀਆਂ ਕੱਟ ਕੇ ਤੁਸੀਂ ਭਿੰਡੀਆਂ ਨਹੀਂ ਬਣਾਈਆਂ ਗਈਆਂ, ਠੀਕ ਹੈ ਨਾ, ਚੰਨਾ ਤੇਰੇ ਤਾਰੇ ਕੋਲ ਹੋਣਗੇ ਅਸੀਂ ਤਾਂ ਹੀ ਇਕੱਲੇ ਬਹਿ ਕੇ ਰੋਈਏ, ਹੋਰ ਵੀ ਸਹਾਰੇ ਕੋਲ ਹੋਣਗੇ ਅਸੀਂ ਤਾਂ ਹੀ ਇਕੱਲੇ ਬਹਿ ਕੇ ਰੋਈਏ, ਲੈ ਵੀ ਜਿਹੜੇ ਕਮੈਂਟਾਂ 'ਚ ਲਿਖਦੇ ਨਾ ਵੀ ਜਿੰਨੇ ਹੰਸ ਦੀ ਬਹੂ ਤਾਂ ਪਊਏ ਕੀ ਜਿੱਡੀ ਆ, ਪਰ ਪਊਏ ਜਿੱਡੀ ਨਾ ਸੋਚੋ ਭਰਾਵੋ, ਇਹ ਜਿਹੜੇ ਇਹਦੇ 'ਚ ਗਾਉਣ ਆ ਉਹ ਦੇਖੋ ਕਿ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਬਣਾ ਕੇ ਖਵਾਉਂਦੀਆਂ ਮੈਨੂੰ, ਕਿ ਨਹੀਂ ਮੈਨੂੰ ਪਊਏ ਜਿੱਡੀ ਤੋੜ ਲੈਂਦਾ ਵਾ, ਆਹ ਵਿੱਚ ਕਹੀ ਜਾਂਦਾ ਕਮੈਂਟਾਂ 'ਚ, ਓਏ ਮੈਂ ਬੋਲਦਾ ਜਿੱਡੀ ਆ ਸਮਝ ਲੈ ਨਾ, ਪਊਏ ਜਿੱਡੀ ਨਹੀਂ ਹੈਗੀ, ਬਾਜੂ ਕੇ ਪਾੜ ਕੇ ਮੈਂ ਜੇ ਇਦਾਂ ਬੋਲੇ ਤਾਂ ਤੁਸੀਂ ਮੈਨੂੰ, ਲੈ ਹਾਂ ਸੱਚੀ ਗੱਲ ਆ, ਉਹਦਾ ਕਹਿੰਦਾ ਬਾਬੇ ਅਸੀਂ ਤੁਹਾਡੇ ਹੱਥਾਂ ਦੀ ਪਿੰਡੀਆਂ ਖਾਵਾਂਗੇ, ਤੇ ਆ ਜਾਓ ਨਾ ਫਿਰ ਦੇਖਦੇ ਕੀ ਆ, ਪਿੰਡੀਆਂ ਨੂੰ ਲਾ ਲਾ ਤੜਕਾ, ਨੀ ਪਿੰਡੀਆਂ ਨੂੰ ਲਾ ਲਾ ਤੜਕਾ, ਜਿੰਦਾ ਪਿੰਡੀਆਂ ਖਾਣ ਦਾ ਸ਼ੌਂਕੀ ਨੀ, ਪਿੰਡੀਆਂ ਨੂੰ ਲਾ ਲਾ ਤੜਕਾ, ਲਓ ਜੀ ਸਪੈਸ਼ਲ ਭਾਬੀ ਨੇ ਤੁਹਾਡੇ ਲਈ ਬਣਾਈਆਂ ਨੇ ਤਰੀ ਵਾਲੀਆਂ ਪਿੰਡੀਆਂ, ਲਓ ਜੀ ਥੋੜਾ ਜਿਹਾ ਪਾਉਣਾ ਆਪਾਂ ਪਾਣੀ, ਠੀਕ ਹੈ ਨਾ, ਕੌਲੀ ਦੇ ਵਿੱਚ
ਤੇ ਆਹ ਪਾਣੀ ਆਪਾਂ ਸਰੋਂ ਇੱਕ ਚਮਚਾ, ਠੀਕ ਹੈ ਨਾ। ਇਹ ਕਾਲੀ ਸਰੋਂ, ਠੀਕ ਹੈ ਨਾ, ਤੇ ਪੀਲੀ ਸਰੋਂ ਵਾ, ਪੀਸੀ ਪਸਾਈ ਮਿਲਦੀ ਆ, ਠੀਕ ਹੈ ਨਾ। ਤੇ ਆਹ ਚੱਕੋ ਇੱਕ ਸਰੋਂ ਦਾ ਚਮਚਾ, ਠੀਕ ਹੈ ਨਾ, ਆਪਣੇ ਹਿਸਾਬ ਨਾਲ ਨਮਕ। ਤੇ ਆਹ ਹੈਗਾ ਇੱਕ ਚਮਚਾ ਲਾਲ ਮਿਰਚਾਂ ਦਾ, ਤੇ ਗਰਮ ਮਸਾਲਾ, ਤੇ ਹਲਦੀ। ਜਿਹਦਾ ਨੀ ਹੋਇਆ ਵਿਆਹ ਉਹਦਾ ਹੋ ਜੂਗਾ ਜਲਦੀ ਵਿਆਹ, ਠੀਕ ਹੈ ਨਾ। ਤੇ ਘਬਰਾਉਣਾ ਨੀ ਗਾ, ਵਿਆਹ ਸਾਰਿਆਂ ਦੇ ਹੀ ਹੋਣੇ ਆ, ਠੀਕ ਹੈ ਨਾ। ਨਹੀਂ ਤਾਂ ਭਾਬੀ ਰਣਜੀਤ ਕੌਰ ਤਾਂ ਬੈਠੀ ਹੋਈ ਆ ਤੁਹਾਡੇ ਕੋਲੇ, ਠੀਕ ਹੈ ਨਾ। ਤੇ ਵਿਆਹ ਮੇਰੇ ਨਾਲ ਹੀ ਕਰਾ ਲਿਓ ਜਿਹਦਾ ਨਾਂ ਹੋਇਆ ਵਿਆਹ। ਇਹ ਬੜੇ ਪੁਰਾਣੇ ਪਿਆਰ ਪਰੇ ਖਤ ਤੇਰੇ, ਖਤ ਤੇਰੇ ਦੱਸ ਕੀ ਲੱਗਦੇ ਨੇ, ਕੀ ਲੱਗਦੇ ਨੇ ਮੇਰੇ, ਨੀ ਦੱਸ ਕੀ ਲੱਗਦੇ ਨੇ। ਚਿੱਟੇ ਦੰਦ ਹੱਸਣੋ ਨੀ ਓ ਰਹਿੰਦੇ, ਚਿੱਟੇ ਦੰਦ ਹੱਸਣੋ ਨੀ ਓ ਰਹਿੰਦੇ, ਕਿ ਲੋਕੀ ਭੈੜੇ ਸ਼ੱਕ ਕਰਦੇ, ਕਿ ਲੋਕੀ ਭੈੜੇ ਸ਼ੱਕ ਕਰਦੇ। ਭਾਬੀ ਤੁਹਾਡੀ ਕਹਿੰਦੀ ਬਈ ਮੈਂ ਬਰਸ ਨਹੀਂ ਕਰਿਆ ਕਰਨਾ, ਮੈਂ ਤਾਂ ਕਿੱਕਰ ਦੀ ਦਾਤਣ ਕਰਿਆ ਕਰਨੀ ਆ, ਕਿ ਨਹੀਂ। ਚਲੋ ਮੈਂ ਕੱਲ੍ਹ ਗਿਆ ਮਾਰਕੀਟ, ਇਹਨੂੰ ਮੈਂ ਰੰਗਲੀ ਦਾਤਣ ਲਿਆਤੀ। ਕੱਲ੍ਹ ਦੀ ਹੁਣ ਰੰਗਲੀ ਦਾਤਣ ਕਰੀ ਜਾਂਦੀ ਆ, ਰਾਤ ਨੂੰ ਵੀ ਰੰਗਲੀ ਦਾਤਣ ਕਰੀ ਅਤੇ ਸਵੇਰੇ ਵੀ ਰੰਗਲੀ ਦਾਤਣ ਕਰੀ। ਮੈਂ ਕਹਿੰਦਾ ਚਿੱਟੇ ਚਿੱਟੇ ਦੰਦ ਕੱਢ ਲਏ, ਹੈ ਨਾ, ਕਿ ਨਹੀਂ। ਚਿੱਟੇ ਦੰਦ ਹੱਸਣ ਨਹੀਂ ਉਹ ਰਹਿੰਦੇ। ਲਓ ਜੀ ਚੰਗੀ ਤਰ੍ਹਾਂ ਸੇਕ ਲਓ ਆਉਣਾ ਵਾ ਮਸਾਲੇ ਨੂੰ, ਠੀਕ ਹੈ ਨਾ। ਆਹ ਦੇਖ ਲਓ ਕਰ ਮਸਾਲੇ ਨੂੰ ਕਿੱਦਾਂ ਚੰਗੀ ਤਰ੍ਹਾਂ ਸੇਕ ਲੱਗਦਾ ਵਾ, ਤੇ ਠੀਕ ਹੈ ਨਾ। ਥੱਲੇ ਨਹੀਂ ਲਾਉਣਾ ਮਸਾਲਾ, ਤੇ ਆਹ ਪਤਾ ਆਪਾਂ ਇੱਕ ਗਲਾਸ ਪਾਣੀ ਦਾ, ਅੱਧਾ ਕਿਲੋ ਭਿੰਡੀਆਂ ਦੇ ਵਿੱਚ ਡੇਢ ਗਲਾਸ ਪਾਣੀ ਦਾ ਪਾਉਣਾ। ਮੈਂ ਇੱਕ ਗਲਾਸ ਆਪਾਂ ਪਾਤਾ ਵਾ, ਅੱਧਾ ਆਹ ਪਾ ਦਿੱਤਾ, ਠੀਕ ਹੈ ਨਾ। ਦੇਖ ਲਓ ਕਰ, ਤੇ ਚੌਲ ਧਰ ਲਿਓ ਨਾਲ। ਲਓ ਜੀ ਨਾਲ ਬਣਾ ਲਓ ਰੋਟੀਆਂ, ਠੀਕ ਹੈ ਨਾ, ਕਣਕ ਦੀਆਂ ਚਾਹੇ ਮੱਕੀ ਦੀਆਂ ਪਕਾ ਲਓ, ਠੀਕ ਹੈ ਨਾ। ਚੂਰ ਚੂਰ ਕੇ ਖਾ ਲਿਓ, ਪਰੇ ਹਟ ਪਏ ਢੱਕ ਲੈਂਦੋ ਮੈਨੂੰ ਸਬਜ਼ੀ ਤਰੀ ਵਾਲੀਆਂ ਭਿੰਡੀਆਂ, ਕਿਤੇ ਭੱਜ ਜਾਣ ਨਿਕਲ ਕੇ ਬਾਹਰ। ਲਓ ਜੀ ਤਰੀ ਵਾਲੀ ਭਿੰਡੀ ਬਣ ਕੇ ਤਿਆਰ ਹੋ ਗਈ ਆ, ਦੇਖ ਲਓ ਇੱਧਰ, ਠੀਕ ਹੈ ਨਾ। ਤੇ ਆਹ ਕਰਤਾ ਆਪਾਂ ਗੈਸ ਬੰਦ, ਤੇ ਆਹ ਪਾਤਾ ਆਪਾਂ ਧਨੀਆ, ਠੀਕ ਹੈ ਨਾ। ਲਓ ਜੀ ਮੈਨੂੰ ਕੀ ਮਨਾਉਣਾ ਨੀ ਤੂੰ ਆਪ ਰੁਸ ਬੈਠੀ ਏ, ਮੈਨੂੰ ਸਮਝਾਉਣਾ ਕਿ ਤੂੰ ਆਪ ਉੱਠ ਚੱਲੀ ਏ। ਜੱਗ ਵੇਖਦਾ ਤਮਾਸਾ, ਵੇਖਦਾ ਤਮਾਸਾ, ਗਲ ਲਾਊ ਕੌਣ ਵੇ, ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਊ ਕੌਣ ਵੇ, ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਊ ਕੌਣ ਵੇ, ਹਾਏ ਮਨਾਊ ਕੌਣ ਵੇ ਮੇਰੇ ਖਾਣਦਿਆਂ ਮਖਾਣਿਆਂ। ਭਾਬੀ ਰਣਜੀਤ ਕੌਰ ਨੇ ਤਰੀ ਵਾਲੀ ਪਿੰਡੀ ਬਣਾਈ ਹੈ, ਤੁਹਾਨੂੰ ਸਾਨੂੰ ਕਿੱਦਾਂ ਦੀ ਲੱਗੀ ਪਲੀਜ਼ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ। ਹੰਸ ਫੈਮਿਲੀ ਵਾਲਾ ਸਾਰਿਆਂ ਨੂੰ ਲਵ ਯੂ।